ਸੋ ਆਸਟ੍ਰੇਲੀਆ ਬਾਰੇ ਜਦ ਵੀ ਹੁਣ ਗੱਲ ਕਰ ਰਹੇ ਆ ਤਾਂ ਬਹੁਤ ਸਾਰੇ ਸਵਾਲ ਅਸੀਂ ਪਹਿਲਾਂ ਵੀ ਜਿਵੇਂ ਗੱਲ ਕਰਦੇ ਆ ਜੀਟੀ ਨੂੰ ਲੈ ਕੇ ਤਾਂ ਬਣਾਈ ਹੋਏ ਨੇ ਪਰ ਅੱਜ ਦੇ ਟਾਈਮ ਵਿੱਚ ਜਿਵੇਂ ਅਸੀਂ ਦੇਖ ਰਿਹਾ ਕਿ ਇੱਕ ਚੰਗੀ ਜੈਨੂਇਨ ਪ੍ਰੋਫਾਈਲ ਹੀ ਜੋ ਹੈ ਆਸਟ੍ਰੇਲੀਆ ਮੰਗਦਾ ਤਾਂ ਕਿਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਅੱਗੇ ਹੋ ਕੇ ਜੋ ਹੈ ਚੰਗੀਆਂ ਆਪਸ਼ਨਸ ਦਾ ਫਾਇਦਾ ਲੈਂਦੇ ਹੋਏ ਅਪਲਾਈ ਕਰਨਾ ਚਾਹੀਦਾ ਔਰ ਕਿਹੜੀਆਂ ਪ੍ਰੋਫਾਈਲਸ ਨੂੰ ਟਾਈਮਲੀ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਆਸਟ੍ਰੇਲੀਆ ਲਈ ਉਹਨਾਂ ਦੀ ਪ੍ਰੋਫਾਈਲ ਨਹੀਂ ਹੈ ਹੋਰ ਵੀ ਢੇਰ ਸਾਰੀਆਂ ਆਸਟ੍ਰੇਲੀਆ ਤੋਂ ਇਲਾਵਾ ਆਪਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਉਧਰ ਮੂਵ ਕਰ ਲੈਣਾ ਚਾਹੀਦਾ ਨਾਲ ਦੇ ਟੂ ਪਾਸਵਰਡ ਸਟੂਡੈਂਟ ਜਿਹੜੇ ਸੋਚ ਰਹੇ ਨੇ ਕਿ ਕੀ ਅਸੀਂ ਫੈਬਨਟੇਕ ਵਿੱਚ ਅਪਲਾਈ ਕਰੀਏ ਕੀ ਸਾਡੇ ਚਾਂਸਸ ਹੈ ਸੋ 22 ਪਾਸਵਰਡ ਸਟੂਡੈਂਟਸ ਲਈ ਵੀ ਅਸੀਂ ਜੋ ਹੈ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਜ਼ਰੂਰ ਸਾਂਝੀ ਕਰਾਂਗੇ ਰਿਜ਼ਲਟ ਕਿਸ ਤਰ੍ਹਾਂ ਦੇ ਆਸਟ੍ਰੇਲੀਆ ਦੇ ਹੋਣ ਆ ਰਹੇ ਨੇ ਇਹ ਵੀ ਜਾਣਕਾਰੀ ਤੁਹਾਡਾ ਜ਼ਰੂਰ ਸਾਂਝੀ ਕਰਨ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਸਾਰੇ ਅਪਡੇਟਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈ Namaskar sir ਸੋ ਮਿਸਿਸ ਵੀਨਾ ਗੋਇਲ ਮੈਮ ਜਿਨ੍ਹਾਂ ਦਾ ਕਿ ਤਜਰਬਾ तकरीबन 26-27 ਸਾਲਾਂ ਦਾ ਹੈ ਤਾਂ ਸਟੂਡੈਂਟ ਸਾਰੇ ਸਮਝਾ ਦਿੰਨੇ ਕਿ ਇੰਨੇ ਸਾਲਾਂ ਦੇ ਵਿੱਚ ਕਿੰਨੇ ਹੀ ਸਟੂਡੈਂਟ ਦਾ ਸੁਪਨਾ ਸਾਕਾਰ ਕੀਤਾ ਮੈਮ ਨੇ ਰਾਈਟ ਗਾਈਡੈਂਸ ਦੇ ਨਾਲ ਸੋ ਇਸ ਲਈ ਇਹ ਸਾਰੀਆਂ ਵੀਡੀਓ ਤੁਹਾਡੇ ਲਈ ਬਹੁਤ ਅਹਿਮ ਨੇ ਬਹੁਤ ਖਾਸ ਨੇ ਬਹੁਤ ਤਜਰਬੇ ਦੇ ਨਾਲ ਮੈਮ ਇੱਕੀ ਇੱਕ ਗੱਲ ਤੁਹਾਨੂੰ ਸਮਝਾ ਰਹੇ ਹੁੰਦੇ ਨੇ ਸੋ ਅੱਜ ਮੈਮ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਜੀਟੀ ਨੂੰ ਲੈ ਕੇ ਰਿਜ਼ਲਟਸ ਨੂੰ ਲੈ ਕੇ ਜਿਹੜੇ ਸਟੂਡੈਂਟ ਦਾ ਸਵਾਲ ਨੇ ਉਹ ਸਵਾਲ ਹੋਣੇ ਲਾਜ਼ਮੀ ਵੀ ਨੇ ਕਿਉਂਕਿ ਸਟੂਡੈਂਟਸ ਅਪਲਾਈ ਕਰਦੇ ਨੇ ਅਪਲਾਈ ਕਰਨ ਬਾਰੇ ਸੋਚਦੇ ਨੇ ਤਾਂ ਬਹੁਤ ਸਾਰੀਆਂ ਸਵਾਲ ਕੁਐਸ਼ਨਸ ਉਹਨਾਂ ਦੇ ਮਾਈਂਡ ਵਿੱਚ ਚੱਲਦੇ ਨੇ ਪਰ ਤਾਜ਼ਾ ਸਥਿਤੀ ਕੀ ਚੱਲ ਰਹੀ ਹੈ ਔਰ ਸਟੂਡੈਂਟਸ ਨੂੰ ਕਿਵੇਂ ਰਾਈਟ ਡਿਸੀਜਨ ਲੈਣਾ ਚਾਹੀਦਾ ਹੈ ਦੇਖੋ ਹਰਜੋਤ ਆਸਟ੍ਰੇਲੀਆ ਇੱਕ ਇਹੋ ਜਿਹਾ ਕੰਟਰੀ ਹੈ ਜਿਹੜਾ ਬੜੇ ਸਾਫ਼ ਸੁਥਰੇ ਪ੍ਰੋਫਾਈਲ ਲੈਂਦਾ ਹੈ ਜੀ ਕਿਉਂਕਿ ਜੇ ਪ੍ਰੋਫਾਈਲ ਚ ਗੈਪ ਹੈ ਜਾਂ ਕਿਸੇ ਵੀ ਕਿਸਮ ਦੇ ਕੋਈ ਪ੍ਰੋਬਲਮ ਹੈ ਤੇ ਆਸਟ੍ਰੇਲੀਆ ਦੇ ਵਾਸਤੇ ਆਪਣਾ ਟਾਈਮ ਨਾ ਵੇਸਟ ਕਰਨ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿੱਦਾਂ-ਕਿੱਦਾਂ ਦੀ ਪ੍ਰੋਬਲਮ ਆਉਂਦੀ ਹੈ ਇਸੇ ਪ੍ਰੋਗਰਾਮ ਨੂੰ ਦੇਖ ਕੇ ਲਾਈਵ ਸ਼ੋਅ ਦੇ ਵਿੱਚ ਮੇਰੇ ਕੋਲ ਕਾਲ ਆਇਆ ਕਿ 에ਜੰਟ ਨੇ ਸਾਨੂੰ ਪਵਾਨੀਗੜ ਪਵਾਨੀਗੜ ਤੋਂ ਬੱਚਾ ਪਟਿਆਲਾ ਸਕੇਸ ਦਿੱਤਾ ਤੇ ਸਾਨੂੰ ਫੀਕ ਆਫਰ ਲੈਟਰ ਦਿਖਾ ਦਿੱਤੀ ਡਿਗਰੀ ਦੀ ਔਰ ਉਹਨੇ ਜਿਹੜਾ ਡਿਪਲੋਮੇ ਚ ਅਪਲਾਈ ਕਰਤਾ ਜੀ ਇਦਾਂ ਤਾਂ ਮੇਰੇ ਕੋਲ ਬਹੁਤ ਕੇਸ ਆਏ ਆ ਦੇਖੋ ਤੁਹਾਨੂੰ ਜੇ 2 ਘੰਟੇ 4 ਘੰਟੇ 6 ਘੰਟੇ ਲਗਾ ਕੇ ਵੀ ਆਣਾ ਪਏ ਕੰਸਲਟੈਂਟ ਅੱਛਾ ਹੋਏ ਤੇ ਤੋ ਉਹਨੂੰ ਆਪਣਾ ਟਾਈਮ ਦੇਣਾ ਚਾਹੀਦਾ ਕਿਉਂਕਿ ਇੱਕ ਬੱਚੇ ਦਾ ਕੈਰੀਅਰ ਦੇ ਵਾਸਤੇ ਤੁਸੀਂ ਪੈਸਾ ਲਗਾ ਰਹੇ ਹੋ ਟਾਈਮ ਲਗਾ ਰਹੇ ਹੋ ਔਰ ਉਹਦੀ ਪੂਰੀ ਜ਼ਿੰਦਗੀ ਇਸੇ ਡਿਸੀਜਨ ਤੇ ਤੁਹਾਡੀ ਜਿਹੜੀ ਹੈ ਅੱਗੇ ਡਿਪੈਂਡ ਕਰਨੀ ਹੈ ਤੇ ਕਿਉਂ ਤੁਸੀਂ 2-4 ਘੰਟੇ ਦੇ ਜਿਹੜੇ ਜਾਣ ਵਾਸਤੇ ਉਸ ਟਾਈਮ ਨੂੰ ਬਚਾਉਣ ਵਾਸਤੇ ਤੁਸੀਂ ਜਿਹੜਾ ਇੱਕ ਗਲਤ ਕੰਸਲਟੈਂਟ ਗਲਤ ਏਜੰਟ ਕੋਲ ਫਸਦੇ ਹੋ ਮੈਂ ਕੰਸਲਟੈਂਟ ਨਹੀਂ ਹੀ ਕਹੂੰਗੀ ਕੰਸਲਟੈਂਟ ਦਾ ਮਤਲਬ ਹੈ ਇੱਕ ਅਰਾ ਅੱਛਾ ਪ੍ਰੋਫਾਈਲ ਮੇਰੀ ਅੱਜ ਅੰਬੈਸੀਆਂ ਤੋਂ ਹਰ ਅੰਬੈਸੀਆਂ ਤੋਂ ਮੀਟਿੰਗ ਹੁੰਦੀ ਹੈ ਠੀਕ ਹੈ ਸਾਡੇ ਜਿਹੜੀ ਮੇਨ ਸਰਟੀਫਿਕੇਸ਼ਨ ਹੈ ਜਿਹੜਾ ਇੱਕ ਕਾਉਂਸਲਰ ਔਰ ਐਜੂਕੇਸ਼ਨ ਕੰਸਲਟੈਂਟ ਵਾਸਤੇ ਕੋਈ ਰਜਿਸਟਰ ਰਜਿਸਟ੍ਰੇਸ਼ਨ ਉਹ ਸਾਰੀ ਸਾਡੀ ਹੋਈ ਹੋਈ ਆ 26 ਸਾਲ ਹੋ ਗਏ ਮੈਨੂੰ ਕੰਮ ਕਰਦੇ ਕਦੀ ਕਿਸੇ ਬੱਚੇ ਨੂੰ ਉਸੇ ਗਲਤ ਗਾਈਡ ਨਹੀਂ ਕਰਦੇ ਬਿਲਕੁਲ ਮੈਂ ਬਲੰਡ ਆ ਤੁਹਾਨੂੰ ਕਿਸੇ ਵਾਰੀ ਬੁਰਾ ਵੀ ਲੱਗਦਾ ਹੋਵੇਗਾ ਕਿ ਮੈਂ ਪ੍ਰੋਫਾਈਲ ਜਿਹੜਾ ਦੇਖਦੀ ਆ ਜਾਂ ਨਹੀਂ ਬਣਦਾ ਮੈਂ ਮਨਾ ਕਰ ਦਿੰਨੀ ਆ ਜਦ ਕਿ ਅੱਜ ਜਦ ਮੈਂ 26 ਸਾਲਾਂ ਦੇ ਵਿੱਚ ਇਹ ਇੱਕ ਚੇਂਜ ਦੇਖਾਂ ਟਾਈਮ ਦੇ ਵਿੱਚ ਤੇ ਇਹ ਚੇਂਜ ਜ਼ਰੂਰ ਹੈ ਪਹਿਲੇ ਅਸੀਂ ਜੋ ਕਹਿੰਦੇ ਸੀ ਉਹ ਕਹਿਣਾ ਮੰਨਦੇ ਸੀਗੇ ਤੇ ਸਕਸੈਸਫੁਲ ਹੁੰਦੇ ਸੀ ਹੁਣ ਇੰਨੇ ਏਜੰਟ ਬਣ ਚੁੱਕੇ ਐਨੇ ਏਜੰਟ ਬਣ ਚੁੱਕੇ ਐਨੇ ਲੁਭਾਵ ਨੇ ਸਪਨੇ ਤੁਹਾਨੂੰ ਦਿਖਾਉਂਦੇ ਆ ਕਿ ਤੁਸੀਂ ਜਿਹੜੇ ਜਾ ਕੇ ਉਹਨਾਂ ਦੇ ਜਾਲ ਚ ਫਸ ਜਾਂਦੇ ਹੋ ਅੱਜ ਦੇ ਦਿਨ ਤੁਸੀਂ ਚਾਹੁੰਦੇ ਹੋ ਜੋ ਤੁਸੀਂ ਚਾਹੁੰਦੇ ਹੋ ਅਸੀਂ ਉਹੀ ਐਕਸੈਪਟ ਕਰੀਏ ਉਹੀ ਗਾਈਡ ਕਰ ਰਹੀਏ ਬਟ ਉਦਾਂ ਚੀਜ਼ਾਂ ਨਹੀਂ ਚਲਦੀ ਜੇ ਸੱਚਾਈ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਇੱਕ ਸਹੀ ਕੰਸਲਟੈਂਟ ਹੀ ਤੁਹਾਨੂੰ ਸੱਚਾਈ ਦੀ ਰਾਹ 'ਤੇ ਲੈ ਕੇ ਜਾਂਦਾ ਤੁਸੀਂ ਝੂਠੇ ਡਾਕੂਮੈਂਟ ਬਣਾ ਕੇ ਚਲੇ ਜਾਓਗੇ ਕਿਸ ਏਜੰਟ ਕੋਲ ਫੀਸ ਆਫਟਰ ਵੀਜ਼ਾ ਕਰ ਲੋਗੇ ਫਿਰ ਸਾਰੀ ਜ਼ਿੰਦਗੀ ਦਾ ਸਟਰਗਲ ਹੋਏਗਾ ਨਾ ਉਹ ਕਾਗਜ਼ਾਂ 'ਤੇ ਤੁਹਾਨੂੰ ਪੀਆਰ ਮਿਲਣੀ ਆ ਕੋਈ ਫਾਇਦਾ ਨਹੀਂ ਇਹੋ ਜੇ ਕੰਮ ਕਰਨ ਦਾ ਜਿਹੜਾ ਕੰਟਰੀ ਤੁਹਾਡੇ ਸਹੀ ਪ੍ਰੋਫਾਈਲ ਨੂੰ ਐਕਸੈਪਟ ਕਰਦਾ ਤੁਸੀਂ ਉੱਥੇ ਜਾਓ ਬੱਚੇ ਦਾ ਭਵਿਕ ਉੱਥੇ ਬਣਾਓ ਕਿਉਂਕਿ ਤੁਸੀਂ ਕਹਿੰਦੇ ਹੋ ਮੇਰੇ ਰਿਸ਼ਤੇਦਾਰ ਉੱਥੇ ਆ ਕੋਈ ਰਿਸ਼ਤੇਦਾਰ ਤੁਹਾਨੂੰ ਤੁਹਾਡੇ ਬੱਚੇ ਨੂੰ ساری ਜ਼ਿੰਦਗੀ ਖਾਣਾ ਨਹੀਂ ਖਿਲਾ ਸਕਦਾ 5 7 10 ਦਿਨ ਦੇ ਵਾਸਤੇ ਤੁਹਾਡੀ ਹੈਲਪ ਕਰ ਸਕਦਾ ਕਿੰਨਾ ਹੋ ਜਾਏਗਾ 25000 30000 ਰੁਪਏ ਬਚਾ ਲੋਗੇ ਸਾਰੇ ਲੱਖਾਂ ਰੁਪਏ ਤੁਸੀਂ ਖਰਚ ਕਰਕੇ ਗਲਤ ਜਗ੍ਹਾ ਭੇਜੋਗੇ ساری ਜ਼ਿੰਦਗੀ ਸਟਰਗਲ ਕਰੋਗੇ ਬੱਚੇ ਦੀ ਵੀ ਲਾਈਫ ਖਰਾਬ ਕਰੋਗੇ ਇਸ ਤੋਂ ਵਧੀਆ ਇੱਕ ਆਸਟ੍ਰੇਲੀਆ ਦੇ ਵਿੱਚ 6 ਬੈਂਡ ਨਾਟ ਲੈਸ ਦੈਨ 5.5 ਬੈਂਡ ਪਲੱਸ 2 ਬੱਚਾ ਹੋਏ 60% 65% ਤੋਂ ਉੱਪਰ ਉਹਦੇ ਮਾਰਕਸ ਹੋਣ ਸੀਬੀਐਸਸੀ ਵਾਲੇ ਬੱਚੇ ਨੂੰ ਉਹ ਪ੍ਰੇਫਰ ਕਰਦੇ ਆ ਤਿੰਨ ਮਹੀਨੇ ਪੁਰਾਣੇ ਫੰਡਸ ਹੋਣ ਫੰਡਸ ਨਹੀਂ ਆ ਤੁਹਾਡੇ ਕੋਲ ਕੋਈ ਟੈਨਸ਼ਨ ਨਹੀਂ ਹੈ ਅੱਜ ਕੱਲ ਬੈਂਕ ਬਹੁਤ ਲੀਨੀਅੰਟ ਹੋ ਗਈ ਹੈ ਲੋਨ ਅਸਿਸਟੈਂਸ ਦੇ ਵਿੱਚ ਮੈਂ ਪੂਰਾ ਹੈਲਪ ਕਰਦੀ ਆ ਤੁਹਾਡਾ ਸਿਬਲ ਠੀਕ ਹੋਣਾ ਚਾਹੀਦਾ ਸਿਬਲ ਤੁਹਾਡਾ ਠੀਕ ਹੈ ਤੁਹਾਡੇ ਇਨਕਮ ਟੈਕਸ ਰਿਟਰਨ ਹੈ ਜਾਂ ਤੁਹਾਡੇ ਘਰ ਚ ਕੋਈ ਸਰਕਾਰੀ EMPLOYEE ਹੈ ਤੁਹਾਨੂੰ VISA LOAN ਬਹੁਤ ਆਰਾਮ ਨਾਲ ਮਿਲਦਾ ਹੈ ਉਹਦਾ ਤੁਹਾਨੂੰ ਕੋਈ ਟੈਨਸ਼ਨ ਨਹੀਂ FINANCIAL ਅਜਕਲ ਬੈਂਕ ਬਹੁਤ ਇਜ਼ੀ ਹੋ ਗਏ ਹੈ ਖਾਲੀ ਤੁਹਾਡੇ ਬੱਚੇ ਦੀ ਪਰਸੈਂਟੇਜ ਠੀਕ ਹੋਣੀ ਚਾਹੀਦੀ ਹੈ ਗੈਪ ਨਹੀਂ ਹੋਣਾ ਚਾਹੀਦਾ ਔਰ ਜੇ ਗ੍ਰੈਜੂਏਸ਼ਨ ਕੀਤੀ ਹੈ ਤੇ ਅਪ ਟੂ 5 ਇਅਰਸ ਦਾ ਗੈਪ ਐਕਸੈਪਟਡ ਹੁੰਦਾ ਹੈ ਗੈਪ ਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ ਜਸਟੀਫਿਕੇਸ਼ਨ ਮੀਨਸ ਕੋਈ ਜੌਬ ਕਰ ਰਿਹਾ ਹੈ ਸੈਲਰੀ ਅਕਾਊਂਟ ਚ ਆ ਰਹੀ ਹੈ ਐਕਸਪੀਰੀਅੰਸ ਉਹਦਾ ਠੀਕ ਹੈ ਇਹ ਸਾਰੀ ਚੀਜ਼ਾਂ ਜਿਹੜੀ ਹੈ ਡਿਟੇਲ ਦੇ ਵਿੱਚ ਆਉਣੇ ਚਾਹੀਦੀਆਂ ਠੀਕ ਹੈ ਬਿਲਕੁਲ ਤੇ ਸਟੂਡੈਂਟ ਜ਼ਰੂਰੀ ਇਹਨਾਂ ਸਾਰੀ ਚੀਜ਼ਾਂ ਨੂੰ ਸਮਝਣ ਤੇ ਸਮਝਣ ਤੋਂ ਬਾਅਦ ਹੀ ਅੱਗੇ ਵਧਣ ਮੈਮ 22 ਪਾਸਵਰਡ ਨੂੰ ਹੁਣ ਕੀ ਕਰਨਾ ਚਾਹੋਗੇ ਫੈਬ੍ਰੂਨਟਿਕ ਜਾਂ ਕੋਈ ਹੋਰ ਆਪਸ਼ਨ 22 ਦਾ ਤੇ ਹੁਣ ਮੁਸ਼ਕਲ ਹੈ ਲੇਕਿਨ ਜੇ ਤੁਸੀਂ ਹੁਣ ਅਪਲਾਈ ਕਰਦੇ ਹੋ ਕੁਝ ਕਾਲਜੇਸ ਨੇ ਸਾਨੂੰ ਆਫਰ ਲੈਟਰ ਦੇ ਦਿੱਤੀ ਹੈ ਡੈਫਰਡ ਇਹ ਇੱਕ achhi news ਹੈ ਜੇ ਇਦਾਂ ਦਾ ਹੋ ਰਿਹਾ ਤੇ ਉਹਦੇ ਵਿੱਚ ਇੱਕ ਸੋਲੂਸ਼ਨ ਹੈ ਆਫਰ ਲੈਟਰ ਆਪਾਂ ਸਮਝੋ ਫਰਵਰੀ ਦੀ ਲੈ ਲਈ ਫਾਈਲ ਹੁਣ ਲਗਾ ਦੇਣੇ ਐਂਬੈਸੀ ਦੇ ਵਿੱਚ ਤੇ ਜਿਸ ਤੋਂ ਗੈਪ ਨਹੀਂ ਕਾਊਂਟ ਹੋਏਗਾ ਠੀਕ ਹੈ ਠੀਕ ਹੈ ਬਿਲਕੁਲ ਸੋ ਹਲੇ ਵੀ ਯਾਨੀ অপਸ਼ਨ ਹੈ ਸਟੂਡੈਂਟਸ ਹਲੇ ਵੀ ਇਸ ਟਾਈਮ ਦਾ ਫਾਇਦਾ ਲੈ ਸਕਦੇ ਨੇ ਉਸ ਤੋਂ ਬਾਅਦ ਅਗਰ ਅਸੀਂ ਕਹੀਏ ਨਵਾਂ ਸਾਲ ਚੜ ਜਾਏਗਾ ਉਸ ਤੋਂ ਬਾਅਦ অপਸ਼ਨਸ ਜੋ ਹੈ ਬਿਲਕੁਲ ਵੀ ਨਹੀਂ ਰਹਿਣ ਵਾਲੀਆਂ ਸਟੂਡੈਂਟਸ ਲਈ 22 ਪਾਸਵਰਡ ਸਟੂਡੈਂਟ ਦੀ ਅਸੀਂ ਖਾਸ ਤੌਰ ਤੇ ਗੱਲ ਕਰ ਰਿਹਾ ਬਾਕੀ ਓਪਨਲੀ ਅਸੀਂ ਤੁਹਾਨੂੰ ਇਹ ਵੀ ਗੱਲ ਕਹਿਣਾ ਚਾਹੁੰਦੇ ਆ ਕਿ ਲਾਈਵ ਸੈਸ਼ਨ ਵਿੱਚ ਮੈਮ ਦੇ ਨਾਲ ਜ਼ਰੂਰ ਜੁੜੋ ਸੰਡੇ ਮੰਡੇ ਟਿਊਜ਼ਡੇ ਐਤਵਾਰ ਸੋਮਵਾਰ ਤੇ ਮੰਗਲਵਾਰ ਰਾਤ ਨੂੰ 8:30 ਵਜੇ ਸੋ ਬਹੁਤ ਸਾਰੇ ਸਟੂਡੈਂਟਸ ਇਸ ਲਾਈਵ ਸੈਸ਼ਨ ਦਾ ਫਾਇਦਾ ਲੈ ਰਹੇ ਨੇ ਬਾਕੀ ਵੀ ਸਟੂਡੈਂਟਸ ਜਿਨ੍ਹਾਂ ਨੂੰ ਨਹੀਂ ਪਤਾ ਸੀ ਜ਼ਰੂਰ ਇਸ ਟਾਈਮ ਤੇ ਮੈਮ ਦੇ ਨਾਲ ਲਾਈਵ ਸੈਸ਼ਨ ਚ ਜੁੜ ਕੇ ਆਪਣੀ ਪ੍ਰੋਫਾਈਲ ਤੁਸੀਂ ਜੋ ਹੈ ਡਿਸਕਸ ਕਰ ਸਕਦੇ ਹੋ ਤੇ ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਅੱਜ ਬਹੁਤ ਡਿਟੇਲ ਵਿੱਚ ਆਸਟ੍ਰੇਲੀਆ ਬਾਰੇ ਸਟੂਡੈਂਟਸ ਨੂੰ ਗਾਈਡ ਕੀਤਾ ਤੇ ਸਟੂਡੈਂਟਸ ਨੂੰ ਕਈ ਉਹਨਾਂ ਦੇ ਸਵਾਲਾਂ ਦੇ ਜਵਾਬ ਜ਼ਰੂਰ ਮਿਲ ਗਏ ਨੇ ਤੇ ਇਸ ਤੋਂ ਇਲਾਵਾ ਵੀ ਤੁਸੀਂ ਮੈਮ ਦੇ ਆਫਿਸ ਨੈਵੀਗੇਟਰਸ ਆਫ ਅ ਸੀਜ਼ ਆਫਿਸ ਵਿਜ਼ਿਟ ਕਰਨਾ ਚਾਹੋ ਤਾਂ ਜ਼ਰੂਰ ਆਓ ਆਪਣੇ ਡਾਕੂਮੈਂਟਸ ਲੈ ਕੇ ਆਓ ਮੈਮ ਨੂੰ ਮਿਲ ਕੇ ਆਪਣੀ ਜ਼ਿੰਦਗੀ ਲਈ ਸਹੀ ਰਸਤਾ ਤੁਸੀਂ ਜ਼ਰੂਰ ਚੁਣ ਸਕਦੇ ਹੋ ਆਪਣੇ ਸਵਾਲ ਤੁਸੀਂ ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਵੀ ਸਾਂਝੇ ਕਰ ਸਕਦੇ ਹੋ ਜਿਹੜਾ ਬਟ ਡਿਸਪਲੇਅ ਇਸ ਉਪਰ ਕਾਲ ਕਰਕੇ ਵੀ ਤੁਸੀਂ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਅਗੋ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਸ ਲੈ ਕੇ ਆਂਦੇ ਰਵਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ